ਉਹਨਾਂ ਨੇ ਆਪਣੀ ਬੀਬੀ ਭਾਨੀ ਦਾ ਵਿਆਹ ਕਰਨ ਲੱਗੇ ਤੇ ਧੰਨ ਬੀਬੀ ਭਾਨੀ ਨੂੰ ਗੁਰਮੁਖੋ ਉਸ ਵੇਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਪਣੀ ਧੀ ਨੂੰ ਕਿਹਾ ਸੀ ਧੀਏ ਮੇਰੇ ਕੋਲ ਤੈਨੂੰ ਦਾਜ ਦੇਣ ਵਾਸਤੇ ਕੁਝ ਨਹੀਂ ਮਹਾਰਾਜ ਜੀ ਨੇ ਇਹ ਹੁਕਮ ਕੀਤਾ ਸੀ ਕਿ ਧੀਏ ਦੁਨੀਆਂ ਦੇ ਲੋਕ ਆਪਣੀਆਂ ਧੀਆਂ ਨੂੰ ਕੋਈ ਕੋਈ ਦਾਜ ਦਿੰਦਾ ਦੁਨਿਆਵੀ ਦਾਜ ਦਿੰਦਾ ਪਰ ਯਾਦ ਰੱਖੀ ਤੈਨੂੰ ਮੈਂ ਦਾਜ ਵਿੱਚ ਉਹ ਚੀਜ਼ ਦਿਆਂਗਾ ਜਿਹੜੀ ਤੇਰੀ ਰਹਿੰਦੀ ਦੁਨੀਆਂ ਤੱਕ ਤੈਨੂੰ ਪ੍ਰਣਾਮ ਹੁੰਦੀ ਰਵੇ ਰਹਿੰਦੀ ਦੁਨੀਆਂ ਤੱਕ ਤੈਨੂੰ ਸੰਸਾਰ ਯਾਦ ਕਰਦਾ ਰਵੇ ਮੇਰੇ ਕਹਿਣ ਤੋਂ ਮਰਾਦ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਕਰਨ ਲੱਗੇ ਤੇ ਗੁਰਮੁਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਪੁੱਤਰੀ ਨੂੰ ਦਾਜ ਵਿੱਚ ਕੋਈ ਬਹੁਤ ਵੱਡਾ ਸਮਾਨ ਨਹੀਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਪਣੀ ਪੁੱਤਰੀ ਨੂੰ ਦਾਜ ਵਿੱਚ ਤਿੰਨ ਭੱਬੇ ਦਿੱਤੇ ਸਨ ਪਹਿਲਾ ਭੱਬਾ ਸੀ ਭੱਬਾ ਭਲਾ ਧੀਏ ਜਦੋਂ ਤੂੰ ਸਹੁਰਿਆਂ ਦੇ ਘਰ ਵਿੱਚ ਜਾਣਾ ਤੇ ਸਾਰਿਆਂ ਦਾ ਭਲਾ ਮੰਗਣਾ ਜਦੋਂ ਸਹੁਰਿਆਂ ਦੇ ਘਰ ਜਾਵੇਂਗੀ ਪਤਾ ਨੀ ਕਿਹੋ ਜਿਹਾ ਪਰਿਵਾਰ ਮਿਲਣਾ ਹੈ ਪਤਾ ਨਹੀਂ ਉਹ ਪਰਿਵਾਰ ਚੰਗਾ ਹੋਵੇ ਜਾਂ ਉਸ ਪਰਿਵਾਰ ਵਿੱਚ ਕੋਈ ਮਾੜਾ ਮੈਂਬਰ ਤੈਨੂੰ ਮਿਲ ਜਾਵੇ ਪਰ ਤੇਰੀ ਰਸਨਾ ਉੱਤੇ ਹਰ ਇੱਕ ਦਾ ਭਲਾ ਹੋਣਾ ਚਾਹੀਦਾ ਹੈ ਹਰ ਇੱਕ ਨੂੰ ਆਪਣੇ ਮੁਖਾਰਬਿੰਦ ਤੋਂ ਆਪਣੇ ਹਿਰਦੇ ਵਿੱਚੋਂ ਹਰ ਇੱਕ ਦਾ ਭਲਾ ਮੰਗਣਾ ਧੀਏ ਜੇ ਸਹੁਰਿਆਂ ਦੇ ਘਰ ਵਿੱਚ ਜਾ ਕੇ ਸਰਬੱਤ ਦਾ ਭਲਾ ਮੰਗੇਗੀ ਤੇ ਯਾਦ ਰੱਖੀ ਰੱਬ ਤੇਰੇ ਉੱਤੇ ਕਿਰਪਾ ਕਰੇਗਾ ਮਿਹਰ ਕਰੇਗਾ ਕਦੀ ਵੀ ਜ਼ਿੰਦਗੀ ਵਿੱਚ ਤੈਨੂੰ ਕਿਸੇ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਦੂਸਰਾ ਭੱਬਾ ਸੀ ਗੁਰਮੁਖੋ ਭੱਬਾ ਭੁੱਲ ਗਈ ਹਰ ਪਰਿਵਾਰ ਦੇ ਵਿੱਚ ਹਰ ਧੀ ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਕੋਈ ਨਾ ਕੋਈ ਗਲਤੀ ਜ਼ਰੂਰ ਹੋ ਜਾਂਦੀ ਹੈ ਜਿਹੜੀ ਨੂੰਹ ਰਾਣੀ ਜਾਂ ਜਿਹੜੀ ਧੀ ਗਰੀਬ ਪਰਿਵਾਰ ਵਿੱਚ ਜਾ ਕੇ ਵੀ ਜੇ ਕੋਈ ਗਲਤੀ ਕਰ ਪਵੇ ਹੱਥ ਜੋੜ ਕੇ ਜੇ ਆਪਣੀ ਗਲਤੀ ਦੀ ਮਾਫੀ ਮੰਗ ਲਵੇ ਜੇ ਭੁੱਲ ਗਈ ਕਹਿ ਦੇਵੇ ਤੇ ਸੱਚ ਜਾਣਿਓ ਗਰੀਬ ਤੋਂ ਗਰੀਬ ਪਰਿਵਾਰ ਵੀ ਉਹ ਤਰੱਕੀ ਕਰ ਜਾਂਦੇ ਨੇ ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਦੂਸਰਾ ਭੱਬਾ ਦਿੱਤਾ ਸੀ ਭੱਬਾ ਭੁੱਲ ਗਈ ਬੀਬੀ ਭਾਨੀ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਖਿਆ ਧੀਏ ਜਦੋਂ ਸਹੁਰੇ ਘਰ ਵਿੱਚ ਜਾ ਕੇ ਕੋਈ ਗਲਤੀ ਵੀ ਹੋ ਜਾਵੇ ਅਚਨਚੇਤ ਅਣਜਾਣਪਣੇ ਚ ਕੋਈ ਗਲਤੀ ਹੋ ਜਾਵੇ ਤੇ ਹੱਥ ਜੋੜ ਕੇ ਕਹਿ ਦੇਵੀ ਮੈਂ ਭੁੱਲ ਗਈ ਅੱਜ ਇਸੇ ਗੱਲ ਦੇ ਸਾਡੇ ਘਰਾਂ ਵਿੱਚ ਝਗੜੇ ਨੇ ਕਿਉਂਕਿ ਅੱਜ ਕੋਈ ਮਾਫੀ ਮੰਗਣ ਵਾਸਤੇ ਤਿਆਰ ਨਹੀਂ ਅੱਜ ਕੋਈ ਗਲਤੀ ਮੰਨਣ ਵਾਸਤੇ ਤਿਆਰ ਨਹੀਂ ਜਿੱਥੇ ਭੁੱਲ ਦੀ ਗੱਲ ਆ ਜਾਂਦੀ ਹੈ ਜਿੱਥੇ ਭੁੱਲ ਗਈ ਦੀ ਗੱਲ ਆ ਗਈ ਉਹ ਘਰ ਸਵਰਗ ਬਣ ਜਾਂਦੇ ਨੇ ਇਸ ਬੀਬੀ ਨੇ ਹੱਥ ਜੋੜ ਕੇ ਆਖਿਆ ਪਿਤਾ ਜੀ ਜਿਵੇਂ ਤੁਹਾਡਾ ਹੁਕਮ ਹੈ ਉਹਨੂੰ ਮੈਂ ਸਿਰ ਮੱਥੇ ਨਭਾਵਾਂਗੀ ਧੰਨ ਬੀਬੀ ਭਾਨੀ ਨੇ ਦੂਸਰਾ ਬਚਨ ਗੁਰਮੁਖੋਂ ਪੱਲੇ ਬੰਨਿਆ ਤੇ ਧੰਨ ਬੀਬੀ ਭਾਨੀ ਜੀ ਆਪਣੇ ਸਹੁਰੇ ਪਰਿਵਾਰ ਵਿੱਚ ਗਏ ਜਿੱਥੇ ਵੀ ਗਲਤੀ ਹੁੰਦੀ ਰਹੀ ਹੱਥ ਜੋੜ ਕੇ ਬੀਬੀ ਭਾਨੀ ਜੀ ਕਹਿੰਦੇ ਰਹੇ ਮੈਂ ਭੁੱਲ ਗਈ ਤੇ ਤੀਸਰਾ ਭੱਬਾ ਸੀ ਗੁਰਮੁਖੋ ਭੱਬਾ ਭਾਣਾ ਮਹਾਰਾਜ ਨੇ ਆਖਿਆ ਹਰ ਇਨਸਾਨ ਤੇ ਦੁੱਖ ਸੁਖਾਉਂਦੇ ਨੇ ਜਿਨ੍ਹਾਂ ਨੇ ਰੱਬ ਦੇ ਭਾਣੇ ਨੂੰ ਸਤ ਕਰਕੇ ਮੰਨ ਲਿਆ ਉਹਨਾਂ ਉੱਤੇ ਉਸ ਪਰਮਾਤਮਾ ਦੀ ਬਖਸ਼ਿਸ਼ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਬੜੇ ਪਿਆਰ ਨਾਲ ਸਾਨੂੰ ਸਮਝਾਉਂਦੀ ਹੈ ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਧਪ ਹੈ ਭਾਈ ਜਾਂ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ ਜਿਨ੍ਹਾਂ ਨੇ ਮਾਲਕ ਦੇ ਭਾਣੇ ਨੂੰ ਸਤ ਕਰਕੇ ਮੰਨ ਲਿਆ ਜਿਨ੍ਹਾਂ ਨੇ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝ ਲਿਆ ਉਹਨਾਂ ਉੱਤੇ ਰੱਬ ਦੀ ਬਖਸ਼ਿਸ਼ ਹੋ ਜਾਂਦੀ ਹੈ ਆਓ ਸਤਿਗੁਰ ਕਿਰਪਾ ਕਰਨਾ ਅੱਜ ਅਸੀਂ ਸਾਰੇ ਮਾਪੇ ਇੱਥੇ ਆਪਣੀਆਂ ਧੀਆਂ ਤੋਰਨ ਵਾਸਤੇ ਆਏ ਹਾਂ ਚੰਗੇ ਮਾਪੇ ਧੀਆਂ ਨੂੰ ਚੰਗੀ ਸਿੱਖਿਆ ਦੇ ਕੇ ਤੋਰਦੇ ਨੇ ਜਿਹੜੇ ਧੀਆਂ ਚੰਗੀ ਸਿੱਖਿਆ ਮਾਪਿਆਂ ਦੀ ਦਿੱਤੀ ਹੋਈ ਚੰਗੀ ਸਿੱਖਿਆ ਨੂੰ ਪੱਲੇ ਬੰਨ ਲੈਂਦੀਆਂ ਨੇ ਉਹ ਸਦਾ ਸਹੁਰੇ ਪਰਿਵਾਰ ਵਿੱਚ ਜਾ ਕੇ ਸੁੱਖ ਲੈਂਦੀਆਂ ਨੇ ਗੁਰੂ ਕਿਰਪਾ ਕਰੇ ਆਪਣੇ ਵੱਲੋਂ ਅਰਦਾਸ ਕਰਦਾ ਪਾਤਸ਼ਾਹ ਮੇਰਾ ਭਰਿਆ ਸਿਰ ਤੇ ਹੱਥ ਰੱਖੇ ਜਿੰਨੇ ਵੀ ਇੱਥੇ ਆਏ ਹੋ ਗੁਰੂ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਉਹ ਇਸ ਦਰ ਘਰ ਵਿੱਚੋਂ ਅਸੀਸਾਂ ਪ੍ਰਾਪਤ ਕਰਕੇ ਜਾਇਓ ਇੱਕ ਕਵਿਤਾ ਕਿਉਂਕਿ ਸਮਾਂ ਬੜਾ ਸੀਮਿਤ ਹੈ ਤੇ ਮੈਨੂੰ ਹੁਕਮ ਹੋਇਆ ਥੋੜਾ ਜਿਹਾ ਸਮਾਂ ਤੁਹਾਡੇ ਚਰਨਾਂ 'ਚ ਹਾਜ਼ਰੀ ਲਵਾਉਣੀ ਹੈ ਪਾਤਸ਼ਾਹ ਕਿਰਪਾ ਕਰੇ ਮੈਂ ਸਮੁੱਚੀ ਮਨੁੱਖਤਾ ਦੀ ਇੱਕੋ ਹੀ ਅਰਦਾਸ ਕਰਦਾ ਸੰਸਾਰ ਅੰਦਰ ਜਿੰਨੇ ਵੀ ਮਨੁੱਖ ਵਸਦੇ ਨੇ ਇਹ ਸੰਸਾਰ ਅੰਦਰ ਜਿੰਨੇ ਵੀ ਮਨੁੱਖਤਾ ਵਸਦੀ ਹੈ ਸਾਰੇ ਸੁਖੀ ਵਸਣ ਕਵੀ ਨੇ ਬੜੀਆਂ ਪਿਆਰ ਵਿੱਚ ਭਿੱਜ ਕੇ ਚਾਰ ਲਾਈਨਾਂ ਲਿਖੀਆਂ ਨੇ ਮੇਰੀ ਕੌਮ ਦੇ ਮਹਾਨ ਕਵੀਸ਼ਰ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਜਿਨ੍ਹਾਂ ਨੇ ਬੜੀਆਂ ਪਿਆਰੀਆਂ ਲਾਈਨਾਂ ਲਿਖੀਆਂ ਨੇ ਕਿ ਸੁਖੀ ਵਸੇ ਸੰਸਾਰ ਹਰ ਜੀਵ ਮੌਜਾਂ ਮਾਣੇ ਪਿਆ ਆਓ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਕਿ ਸੰਸਾਰ ਅੰਦਰ ਜਿਹੜਾ ਵੀ ਆਇਆ ਉਹ ਸੁਖੀ ਵਸੇ ਮੇਰਾ ਪੰਜਾਬ ਮੇਰੇ ਪੰਜਾਬ ਦੀਆਂ ਧੀਆਂ ਸੁਖੀ ਵਸਣ ਹਰ ਘਰ ਵਿੱਚ ਹਰ ਧੀ ਆਨੰਦ ਨਾਲ ਆਪਣੇ ਜੀਵਨ ਨੂੰ ਬਤੀਤ ਕਰੇ ਅੱਜ ਸਾਡੀਆਂ ਧੀਆਂ ਜਿਹੜੀਆਂ ਦਾਜ ਦੀ ਬਲੀ ਚੜ੍ਹਦੀਆਂ ਜਾ ਰਹੀਆਂ ਨੇ ਜਿਨ੍ਹਾਂ ਧੀਆਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਇਹ ਦੁੱਖਾਂ ਦਾ ਸਾਹਮਣਾ ਨਾ ਕਰਨਾ ਪਵੇ ਇੱਥੇ ਆਨੰਦ ਬਣਿਆ ਰਹੇ ਆਓ ਮੇਰੇ ਸਾਥੀਆਂ ਕੋਲ ਪਿਆਰ ਨਾਲ ਸਰਵਣ ਕਰੀਏ ਏ ਮਾਲਕ ਏ ਦੁਨੀਆ ਤੇਰੀ ਹੱਸਦੀ ਵਸਦੀ ਰੇ ਹਰ ਚਿਹਰੇ ਤੇ ਨੂਰ ਪਰੀ ਹਰੇ ਜੀਬਾ ਰਸਦੀ ਰੇ ਹਰ ਚਿਹਰੇ ਤੇ ਨੂਰ ਪਰੀ ਹਰੇ ਜੀਬਾ ਰਸਦੀ ਰੇ।